ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਨੂੰ ਪੰਜਾਬ ਪੁਲਿਸ ਪੰਜਾਬ ਪਟਵਾਰੀ ਅਤੇ B1 ਦੇ ਇਗਜ਼ਾਮ ਦੀ ਤਿਆਰੀ ਕਰਵਾ ਰਹੇ ਹਾਂ ਇਸੇ ਦੇ ਸਬੰਧ ਵਿੱਚ ਅਸੀਂ ਅੱਜ ਤੁਹਾਡੇ ਲਈ ਕੰਪਿਊਟਰ ਦਾ ਤੀਜਾ ਪਾਰਟ ਲੈ ਕੇ ਆਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਜੇਲ੍ਹ ਸੁਪਰਡੈਂਟ ਜਿਹੜਾ ਪਿਛਲਾ ਪੇਪਰ ਹੋਇਆ ਸੀ ਉਸ ਵਿੱਚ ਜਿਹੜੇ ਕੰਪਿਊਟਰ ਅਤੇ IT ਦੇ ਕੁਐਸਚਨ ਸੀ ਉਹ ਬਹੁਤ ਹੀ ਬੇਸਿਕ ਟਾਈਪ ਦੇ ਆਏ ਸੀ ਇਸੇ ਲਈ ਮੈਂ ਸੋਚਿਆ ਹੈ ਕਿ ਤੁਹਾਨੂੰ ਉਸੇ ਤਰ੍ਹਾਂ ਦੇ ਹੀ ਮਿਲਦੇ ਜੁਲਦੇ ਕੁਐਸਚਨ ਜਿਹੜੇ ਉਹ ਕਰਵਾਵਾਂ ਤਾਂ ਕਿ ਤੁਹਾਡੇ ਇਗਜ਼ਾਮ ਦੇ ਸਬੰਧੀ ਬਹੁਤ ਹੀ ਇੰਪੋਰਟੈਂਟ ਹੋਣ ਤੁਹਾਡੇ ਲਈ ਅਤੇ ਉਹਨਾਂ ਵਿੱਚੋਂ ਹੀ ਤੁਹਾਡੇ ਇਗਜ਼ਾਮ ਵਿੱਚ ਕੁਝ ਕੁਐਸਚਨ ਆਉਣ ਅਤੇ ਜਿਸ ਨਾਲ ਤੁਹਾਡਾ ਪੇਪਰ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਕਲੀਅਰ ਹੋਵੇ ਅਤੇ ਤੁਸੀਂ ਪੇਪਰ ਵਿੱਚ ਆਉਣ ਵਾਲੇ 15 ਵਿੱਚੋਂ 10 ਪਲੱਸ ਜਿਹੜੇ ਆਸਾਨੀ ਨਾਲ ਕਵਰ ਕਰ ਜਾਵੋ ਠੀਕ ਹੈ ਇਹ ਸਾਰੇ ਕੁਐਸਚਨ ਇਸ ਲਈ ਹੁਣ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਲਿਓ ਆਪਾਂ ਹੁਣ ਇਸ ਵੀਡੀਓ ਵਿੱਚ 20 ਕੁਐਸਚਨ ਕਰਦੇ ਹਾਂ ਠੀਕ ਹੈ ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਇਜ਼ ਆਰ ਕੈਰੈਕਟ੍ਰਿਸਟਿਕਸ ਆਫ ਕੰਪਿਊਟਰ ਦੇਖੋ ਆਪਣੇ ਸਕਰੀਨ ਉੱਤੇ ਨੇ অপਸ਼ਨ ਇਸ ਦੇ ਡਿਲੀਗੈਂਸ ਵਰਸੇਬਿਲਟੀ ਰਿਲਾਇਬਿਲਟੀ ਆਪਾਂ ਨੇ ਦੱਸਣਾ ਇਹ ਇਹਨਾਂ ਵਿੱਚੋਂ ਕਿਹੜੇ ਕੈਰੈਕਟਿਸਟਿਕਸ ਆ ਜਿਹੜੇ ਉਹ ਕੰਪਿਊਟਰ ਦੇ ਨੇ ਇਹ ਤਿੰਨੋਂ ਹੀ ਕੈਰੈਕਟਿਸਟਿਕਸ ਆ ਜਿਹੜੇ ਉਹ ਕੰਪਿਊਟਰ ਦੇ ਨੇ ਇਸ ਲਈ ਆਪਣਾ ਚੌਥਾ ਆਪਸ਼ਨ ਆਲ ਆਫ ਦਾ ਵਰਬ ਜਿਹੜਾ ਉਹ ਸਹੀ ਹੋ ਜਾਂਦਾ ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਆ ਗਿਆ ਫਲਟੀ ਇਨਪuts ਲੀਡ ਟੂ ਫਲਟੀ ਰਿਜ਼ਲਟ ਇਟ ਇਸ ਨਾਉਨ ਐਸ ਤੁਸੀਂ ਦੱਸਣਾ ਇਸ ਵਿੱਚੋਂ ਕਿਹੜਾ ਆਪਸ਼ਨ ਸਹੀ ਬਣਦਾ ਇਸ ਦਾ ਠੀਕ ਹੈ ਇਸ ਜਿਹੜਾ ਆਪਸ਼ਨ ਹੈ ਉਹ ਗੀਗੋ ਸਹੀ ਬਣਦਾ ਹੈ ਠੀਕ ਹੈ ਇੱਕ ਕੁਐਸਚਨ ਹੈ ਜਿਹੜਾ ਕਈ ਵਾਰੀ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਗੀਗੋ ਦੇ ਬਾਰੇ ਵਿੱਚ ਗੀਗੋ ਦੇ ਬਾਰੇ ਵਿੱਚ ਹੋਰ ਵੀ ਕਾਫੀ ਕੁਝ ਪੜ੍ਹਨ ਨੂੰ ਹੈ ਉਹ ਵੀ ਮੈਂ ਅੱਗੇ ਤੁਹਾਨੂੰ ਕਰਵਾ ਦਵਾਂਗਾ ਨਾਲ ਨਾਲ ਠੀਕ ਹੈ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ ਅਗਲਾ ਕੁਐਸਚਨ ਆਪਣੇ ਕੋਲ ਆ ਗਿਆ ਗੀਗੋ ਦਾ ਹੀ ਹੈ ਗੀਗੋ ਸਟੈਂਡ ਫੋਰ ਠੀਕ ਹੈ ਤੁਸੀਂ ਦੱਸਣਾ ਇਸ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ ਜੇਕਰ ਤੁਸੀਂ ਖੁਦ ਅਨਸਰ ਦੇਣ ਦੀ ਕੋਸ਼ਿਸ਼ ਕਰ ਸਕਦੇ ਹੋ ਪਹਿਲਾਂ ਤਾਂ ਖੁਦ ਵੀ ਦਿਆ ਕਰੋ ਫਿਰ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਆ ਕਰੋ ਉਸ ਆਪਸ਼ਨ ਨੂੰ ਤੋ ਉਸ ਤੋਂ ਬਾਅਦ ਤੁਸੀਂ ਵੀਡੀਓ ਨੂੰ ਪਾਉਜ਼ ਕਰ ਲਿਆ ਕਰੋ ਕੋ ਪਹਿਲਾਂ ਫਿਰ ਤੁਸੀਂ ਦੇਖਿਆ ਕਰੋ ਕਿ ਸਹੀ ਆਨਸਰ ਕੀ ਹੈ ਠੀਕ ਹੈ ਦੇਖਦੇ ਹਾਂ ਕਿਹੜਾ ਸਟੂਡੈਂਟ ਸਭ ਤੋਂ ਵੱਧ ਆਨਸਰ ਜਿਹੜਾ ਸਹੀ ਦੱਸੇਗਾ ਇਸ ਦਾ ਜਿਹੜਾ ਸਹੀ ਉੱਤਰ ਹੈ ਆਪਣਾ ਉਹ ਬਣ ਜਾਂਦਾ ਹੈ گارਬੇਜ ਇਨ گارਬੇਜ ਆਊਟ ਠੀਕ ਹੈ অপਸ਼ਨ A ਆਪਣਾ ਸਹੀ ਹੈ گارਬੇਜ ਇਨ گارਬੇਜ ਆਊਟ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਹੈ अगला क्वेश्चन अपनी स्क्रीन उ अपने को द कैपैसिटी टू परफॉर्म मल्टीपल टास्क समलटेनियसली इज टर्म डैज डैश इन चो दसना अपना केन सही है दसो तीडी तो स्क्रीन ऑप्शन ने इस जरा सही उत्तर हो है वर्जा ठीक है ये अपना ऑप्शन सही है ठीक है अगला क्वेश्चन अपने को क्वेश्चन बहुत एग्जाम चाहते हैं इसलिए सारे पढ़ते उन्होंने ठीक है अ कंप्यूटर डज नॉट सफ़र फ्रॉम टायर्डनेस एंड लैक ऑफ कंसंट्रेशन इट इज़ नाउन एज मतलब इन्हें दसना अपने कहड़ा के ऑप्शन uh, सही है भी कंप्यूटर ना ही टायर्डनेस ना सफर करता तो ना ही कंसंट्रेस उसकी कद भंग है ठीक है इसका सही उत्तर है अपने को डिलीजेंस ठीक है ऑप्शन नंबर ए सही है अगला क्वेश्चन अपने को फस्ट जनरेशन कंप्यूटर यूज डैश फॉर सरक्यूटरी एंड डैश फॉर मैमरी बहुत इंपॉर्टेंट क्वेश्चन है एग्जाम इग्जाम पक्का आवेगा इस उत्ते ना एक क्वेश्चन ठीक है दसना आप ने आपने ऑप्शन इसका सही है चार ऑप्शन थोड़ी स्क्रीन ने सही उत्तर दसो सही उत्तर है इसका वैक्यूम ट्यूब एंड मैगनेटिक ड्रम्स ऑप्शन नंबर सी ठीक है फर्स्ट जनरेशन कंप्यूटर यूज फॉर वैक्यूम ट्यूब्स एंड फॉर सर्क्यूटरी एंड मैग्नेटिक फॉर मेमोरी ठीक है मैग्नेटिक ड्रम फॉर मेमोरी ओके अगला क्वेश्चन अपने को आ जाता है सेकंड जनरेशन कंप्यूटर्स वर बेस्ड ऑन सेकंड जनरेशन ਦੇ ਜਿਹੜੇ ਕੰਪਿਊਟਰ ਤੇ ਉਹ ਕਿਸ ਉੱਤੇ ਆਧਾਰਿਤ ਸੀ ਆਪਾਂ ਇਹਨਾਂ ਚੋਂ ਦੱਸਣਾ ਹੈ ਆਪਣੇ ਕੋਲ ਚਾਰ ਆਪਸ਼ਨ ਨੇ ਆਪਣੀ ਸਕਰੀਨ ਦੇ ਉੱਤੇ ਸਹੀ ਉੱਤਰ ਹੈ ट्रांजिस्टर ਜਿਹੜੇ ਸੈਕਿੰਡ ਜਨਰੇਸ਼ਨ ਦੇ ਕੰਪਿਊਟਰ ਤੇ ਉਹ ਕਿਸ ਉੱਤੇ ਦਾ ਆਧਾਰਿਤ ਸੀ ट्रांजिस्टर ਤੇ ਇਹ ਤੁਸੀਂ ਸਾਰੇ ਯਾਦ ਕਰ ਲੈਣਾ ਫਰਸਟ ਜਨਰੇਸ਼ਨ ਵਿੱਚ ਕੀ ਸੀ ਸੈਕਿੰਡ ਵਿੱਚ ਕੀ ਸੀ थर्ड में की सी चारा चो एक क्वेश्चन का जो एग्जाम पक्का आ ही जाता है ठीक है अगला क्वेश्चन अपने को फ्लॉप्स स्टैंड फॉर फ्लॉप्स की फुलफॉर्म दसनी अपने फलॉप्स की फुलफॉर्म की है चार ऑप्शन थोड़ी स्क्रीन उत्ते हैं सही आंसर दसो जे किसी पता है सही आंसर है इसका फलोटिंग पॉइंट ओपरेशन पर सैकेंड ठीक है ऑप्शन नंबर ए है जो अपना हो सही आंसर है अगला क्वेश्चन अपने को which language was used to program second generation computers inna language vichon kedi language si jehdi ke second generation de computeran vich use hoyi si sahi answer dasso tade kol char option ne sahi answer hai as the assembly language option number b apne kol sahi hai theek hai agla question apne kol edc ac ईडी सॉरी ईडीएसएसी स्टैंड फॉर ईडीएस ए फॉर्म दसनी है फुल फॉर्म काफ़ी आने मैं इंपॉर्टेंट इंपॉर्टेंट करवा देवगा दसो जेकर इसका सही आंसर किसी पता है सही आंसर है इसका इलैक्ट्रॉनिक डिले स्टोरेज आटोमैटिक कंप्यूटर ठीक है ऑप्शन नंबर ए जहाँ है सही आंसर है इसका अगला क्वेश्चन अपने को इंस्ट्रक्शन एंड डाटा कैन बी स्टोरड इन द मैमरी ऑफ कंप्यूटर फॉर आटोमैटिकली डायरक्टिंग द फ्लो ऑफ ऑपरेशन इट इज़ कॉल्ड एज इस कंसैप्ट कहने सारे आपने दसना है यदि अपने को चार ऑप्शन हैं ठीक है थोड़ी स्क्रीन उत्ते ने देख सी जे का सही आंसर पता किसी दसो सही आंसर अपने को बी ऑप्शन है जरा है स्टोरेज प्रोग्रा आ, स्टोर्ड प्रोग्राम इसका सही उत्तर है ठीक है चलते अपने अगले क्वेश्चन वाल स्टोर्ड प्रोग्राम थे ही है स्टोर्ड प्रोग्राम कंसैप्ट वाज डिवेल्पड बाय जो स्टोर्ड प्रोग्राम है एक कंसैप्ट कि डिवेलप करे ता चार ऑप्शन अपनी स्क्रीन ने सही आंसर दस सकता कोई सही आंसर है नु। जरा है वॉन न्यूमन ने ये इंपॉर्टेंट है बहुत ये पक्का रट लियो इन वॉन न्यूमन आ क्वेश्चन ठीक है अगला क्वेश्चन अपने को कोलैक्ट्रॉनिक डिस्क्रीट वेरिएबल आटोमैटिक कंप्यूटर डी ई डी वी ए सी वाज ਡਿਜ਼ਾਈਨਡ ਔਨ ਡੈਸ਼ ਕਨਸੈਪਟ ਕਿਹੜੇ ਕਨਸੈਪਟ ਉਤੇ ਡਿਜ਼ਾਈਨ ਕੀਤਾ ਗਿਆ ਸੀ ਇਹਦਾ ਇਸ ਦਾ ਵੀ ਆਪਣਾ ਸਹੀ ਆਨਸਰ ਹੈ ਉਹ ਹੈ ਸਟੋਰਡ ਪ੍ਰੋਗਰਾਮ ਆਪਸ਼ਨ ਨੰਬਰ ਬੀ ਸਹੀ ਹੈ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਆ ਜਾਂਦਾ ਹੈ ਵਿਚ ਆਫ ਦਾ ਫਾਲੋਇੰਗ ਵਾਸ ਅ ਸਮਾਲ ਐਕਸਪੈਰੀਮੈਂਟਲ ਮਸ਼ੀਨ ਬੇਸਡ ਔਨ ਨਿਊਮਨ ਸਟੋਰਡ ਪ੍ਰੋਗਰਾਮ ਕਨਸੈਪਟ ਚਾਰ ਆਪਸ਼ਨ ਨੇ ਆਪਣੇ ਕੋਲ ਸਹੀ ਆਨਸਰ ਦੱਸ ਸਕਦੇ ਹੋ ਇਸ ਦਾ सही आंसर अपने को इसका मनचैसटर मार्क वन ठीक है इसका जड़ा सही आंसर होगा ऑप्शन नंबर सी सही होगा अगला क्वेश्चन अपने को बढ़ता है थर्ड जनरेशन कंप्यूटर वर बेस्ड ऑन जेडे थर्ड जनरेशन के कंप्यूटर थे वो किस चीज़ पर आधारित सी सीमेंगे तो दस मैं सारे ही अपने याद कर लो फस्ट सैकेंड थर्ड देगा आई सी ठीक है बहुत इंपॉर्टेंट क्वेश्चन है ਥਰਡ ਜਨਰੇਸ਼ਨ ਕੰਪਿਊਟਰ ਜਿਹੜੀ ਹੋ ਆਈਸੀ ਤੇ ਆਧਾਰਿਤ ਸੀ ਠੀਕ ਹੈ ਸਟੈਪ ਵਾਈਜ਼ ਸਟੈਪ ਮੈਂ ਤੁਹਾਨੂੰ ਸਾਰੀ ਪੜਾ ਦੇਵਾਂ ਕੰਪਿਊਟਰ ਇਸ ਸਾਰੇ ਐਮਸੀਕਿਊ ਨਾਲ ਤੁਹਾਡੀ ਜਿਹੜੀ ਇੱਕ ਤਰ੍ਹਾਂ ਕੰਪਿਊਟਰ ਦੀ ਪੂਰੀ ਰਿਵੀਜ਼ਨ ਹੋ ਜਾਏਗੀ ਠੀਕ ਹੈ ਅਗਲਾ ਆਜੋ ਇਨ ਏਡੀ ਐਸਏਸੀ ਐਂਡ ਐਡੀਸ਼ਨ ਆਪਰੇਸ਼ਨ ਵਾਸ ਕੰਪਲੀਟਡ ਇਨ ਡੈਸ਼ ਮਾਈਕਰੋਸੈਕੰਡਸ ਜਿਹੜਾ ਇਹ ਕੰਪਿਊਟਰ ਸੀਗਾ ਇਹ ਜਿਹੜਾ ਆਪਰੇਸ਼ਨ ਤਾਂ ਕਿੰਨੇ ਸੈਕਿੰਡ ਮਾਈਕਰੋਸੈਕੰਡ ਵਿੱਚ ਪੂਰਾ ਕਰਦਾ ਸੀ ਚਾਰ ਆਪਸ਼ਨ ਆਪਣੇ ਕੋਲ ਪੁੱਛ ਲੈਣੇ ਕਿ ਵੀ ਇਦਾਂ ਦੇ ਕੁਐਸਚਨ ਵੀ ਐਗਜ਼ਾਮ ਵਿੱਚ ਠੀਕ ਹੈ ਦਸੋ ਸਹੀ ਆਨਸਰ ਸਹੀ ਆਨਸਰ ਐਸ ਦਾ 1500 ਸੈਕਿੰਡ ਵਿੱਚ ਜਿਹੜੇ ਇਹ ਪੂਰਾ ਕਰ ਦਿੰਦਾ ਸੀ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ULSI stands for ULSI ਦੀ ਫੁੱਲ ਫਾਰਮ ਦੱਸਣੀ ਆਪਾਂ ਨੇ ਬਹੁਤ ਹੀ ਵਧੀਆ ਕੁਐਸਚਨ ਹੈ ਪਤਾ ਲੱਗੇ ਕਿ ਕਿਸ ਨੂੰ ਦੱਸੋ ਸਹੀ ਉੱਤਰ ਹੈ আলਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਠੀਕ ਹੈ অপਸ਼ਨ ਨੰਬਰ A ਸਹੀ ਐਸ ਦਾ আলਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਠੀਕ ਹੈ ਅਗਲਾ ਕੁਐਸਚਨ ਆਪਣੇ ਕੋਲ ਬਹੁਤ ਇੰਪੋਰਟੈਂਟ ਹੈ ਵਿਚ ਆਫ ਦਾ ਫੋਲੋਇੰਗ ਇਜ਼ ਫੋਰਥ ਜੇਨਰੇਸ਼ਨ ਕੰਪਿਊਟਰ ਠੀਕ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਚਾਰ ਆਪਸ਼ਨ ਨੇ ਦੱਸੋ ਸਹੀ ਉੱਤਰ ਸਹੀ ਉੱਤਰ ਹੈ ਇੰਟੈਲ 4 004 ਠੀਕ ਹੈ ਕਈ ਵਾਰੀ ਆਪਨ ਪੁੱਛ ਲਿਆ ਜਾਂਦਾ ਐਗਜ਼ਾਮ ਵਿੱਚ ਵੀ ਉਹ ਕੰਪਨੀ ਦਾ ਨਾਮ ਦੱਸੋ ਜਿਹਨੇ ਸਭ ਤੋਂ ਪਹਿਲੀ ਵਾਰ ਜਿਹੜਾ ਪੀਸੀ ਜਿਸ ਨੂੰ ਕਿ ਪਰਸਨਲ ਕੰਪਿਊਟਰ ਕਹਿੰਦੇ ਹਨ ਉਹ ਡਿਵੈਲਪ ਕਰੇ ਸੀ OCIBM इंटरनेशनल बिजनेस मशीन जिन्होंने आप बोलते हैं इस कंपनी ने पी सी जेड डिवेल्प करे ये इंपॉर्टेंट है याद रखियो इसको ठीक है अगला क्वेश्चन अपने को आई सी इज मेड अप ऑफ आई सी किस चीज़ के बनते हैं ठीक है देखो थोड़े तो 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 सामने आई सी कितने यूज हों सॉरी गलत बोल गए रहे पेल्ला आई सी ये ट्रांजिस्टर्ड यूज होंगे है, ठीक है अगला क्वेश्चन है अज्ञा का लास्ट से फाइनल क्वेश्चन ਬਹੁਤ ਇੰਪੋਰਟੈਂਟ ਹੈ ਫਾਦਰ ਆਫ ਕੰਪਿਊਟਰ ਸਾਰਿਆਂ ਨੂੰ ਹੀ ਪਤਾ ਹੋਣਾ ਚਾਹੀਦਾ ਹੈ ਤਾਂ ਪਤਾ ਹੋਵੇਗਾ ਹੀ ਵੈਸੇ ਅਨਸਰ ਹੈ ਇਸ ਦਾ ਚਾਰਲਸ ਬੈਬੇਜ ਠੀਕ ਹੈ ਅੱਜ ਦੀ ਵੀਡੀਓ ਵਿੱਚ ਆਪਣਾ ਇੰਨੇ ਹੀ ਅਗਲੀ ਵੀਡੀਓ ਵਿੱਚ ਆਪਾਂ ਹੁਣ ਅਗਲੇ ਹੋਰ ਜਿਹੜੇ 20 ਕੁਐਸਚਨ ਕਰਾਂਗੇ ਇਸੇ ਤਰ੍ਹਾਂ ਹੀ ਤੁਹਾਨੂੰ ਕੰਟੀਨਿਊ 20 ਕੁਐਸਚਨ ਕਰਵਾ ਕੇ ਤੁਹਾਡੀ ਪੂਰੀ ਤਿਆਰੀ ਕੰਪਲੀਟ ਕਰਵਾਤੀ ਜਾਊਗੀ ਠੀਕ ਹੈ ਜਿਸ ਨਾਲ ਕਿ ਤੁਹਾਡੇ ਪਟਵਾਰ ਦੀ ਪੇਪਰ ਜੀ ਬਹੁਤ ਹੈਲਪਫੁਲ ਹੋਵੇਗਾ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਸੇ ਦੇ ਨਾਲ ਹੀ ਇਸੇ ਤਰ੍ਹਾਂ ਦੀ ਹੋਰ ਪਾਰਟਸ ਜਿਹੜੇ ਕੰਪਿਊਟਰ ਅਤੇ ਹੋਰ ਸਬਜੈਕਟਾਂ ਦੇ ਤੁਸੀਂ YouTube ਚੈਨਲ ਉੱਤੇ ਜਾ ਕੇ ਪਲੇਲਿਸਟਾਂ ਦੇ ਰੂਪ ਵਿੱਚ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਦੀ PDF ਚਾਹੁੰਦੇ ਹੋ ਤਾਂ ਤੁਸੀਂ Telegram ਤੇ Instagram ਤੇ ਜੁਆਇਨ ਕਰ ਲਿਓ ਉੱਥੇ ਤੁਹਾਨੂੰ ਇਸ ਦੀਆਂ PDF ਮਿਲ ਜਾਣਗੀਆਂ ਅੱਜ ਦੀ ਵੀਡੀਓ ਚੈਨ ਐਂਡ ਧੰਨਵਾਦ